औज़ु बिल्लाहि मिनश शैतानिर रजीम, बिस्मिल्लाहिर रहमानिर रहीम। अस्सलामु अलैकुम दोस्तों, आप देख रहे हैं उकाड़ा एनिमल टीवी और मैं आपका दोस्त राय साकिब अली। जनाब अज भरावां दी खिदमत दे विच एक नूरशाह इलाके की तोहफा जनाब मज लै के हाजिर होए हैं। साडी लोकेशन हैगी तहसील वादिला साहिवाल, नूरशाह दा इलाका है। अड्डा गैंबर अटैच हुंदा, अड्डे गैंबर तो कोई 5 किलोमीटर भाई अकरम कोले इह जानवर खड़ा है। ਅਤੇ ਮਾਲਕਾਂ ਦੀ ਏਸੀ ਦੀ ਗਰੰਟੀ ਕਿ ਵੀ ਬੜਾ ਰਿਕਾਰਡ ਕਰਨ ਵਾਲੀ ਜਿਹੜੀ ਨਾ ਚੋਟੀ ਹੈ। ਅਤੇ ਸਾਡੀ ਮਿਹਨਤ ਇਹ ਹੀ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੀ ਬੈਲ ਦੀ ਘੰਟੀ ਨੂੰ ਦਬਾਓ, ਤਾਂ ਕਿ ਤੁਹਾਡੇ ਤੀਕਰ ਜਿਹੜੇ ਮੇਰੇ ਭਰਾ ਦੂਰ ਦਰਾਜ਼ ਇਲਾਕਿਆਂ 'ਚ ਨੇ, ਪ੍ਰਦੇਸ਼ਾਂ 'ਚ ਨੇ, ਉਹਨਾਂ ਨੂੰ ਅੱਛੇ ਜਾਨਵਰ ਦੀ ਜ਼ਰੂਰਤ ਹੈ, ਉਹਨਾਂ ਤੀਕਰ ਪਹੁੰਚੇ। ਅਤੇ ਬਾਕੀ ਅਗਰ ਕਿਸੇ ਮੇਰੇ ਦੋਸਤ ਵੀਰ ਦੇ ਪਸੰਦ ਆਵੇ, ਸਾਡਾ ਰਾਬਤਾ ਨੰਬਰ 0300 ਪੂਰਾ 4576 252 ਇਹ ਵਟਸਐਪ ਨੰਬਰ ਜੇ ਲੋਕਲ ਜੇ ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਤਸੱਲੀ ਕਰਾਉਂਦਾ। ਬਾਕੀ ਮਾਲਕਾਂ ਨਾਲ ਗੱਲਾਂ ਕਰਾਂਗੇ ਇਨਸ਼ਾਅੱਲਾ ਤਾਲਾ। ਜਾਨਵਰ ਬੜਾ ਕਮਾਲ ਦਾ ਹੈ, ਹਰ ਚੀਜ਼ ਵਿੱਚ ਤਸੱਲੀ ਨਾਲ ਚੈੱਕ ਕਰਾ ਦਿੰਦੇ। ਅਗਰ ਕਿਸੇ ਮੇਰੇ ਦੋਸਤ ਵੀਰ ਦੇ ਪਸੰਦ ਆਵੇ, ਸਾਡੇ ਨਾਲ ਅਟੈਚ ਹੋ ਕੇ ਖਰੀਦਦਾਰੀ ਕਰ ਸਕਦੇ ਜੇ। ਮਾਸ਼ਾਅੱਲਾ ਬਹੁਤ ਪਿਆਰੀ ਸਫੈਦ ਅੱਖਾਂ ਨੇ, ਬੱਗੀ ਮੁੱਛ, ਬਹੁਤ ਜ਼ਿਆਦਾ ਲਾਮ, ਬਿਲਕੁਲ ਕੋੜੀ ਛੋਟੀ ਹੈ ਜੀ। ਇਨਸ਼ਾਅੱਲਾ ਤਾਲਾ ਹਰ ਚੀਜ਼ ਵਿੱਚ ਵਾਧਾ ਚੈੱਕ ਕਰਾਵਾਂਗਾ। ਅਤੇ ਔਰ ਮਾਲਕਾਂ ਦੀ ਇਨਸ਼ਾਅੱਲਾ ਤਾਲਾ ਗਰੰਟੀ ਇਸ ਚੀਜ਼ ਦੀ ਕਿ ਬੜੇ ਰਿਕਾਰਡ ਕਰਨ ਵਾਲੀ ਝੋਟੀ ਹੈ। ਪੂਰਾ ਫੁੱਟ, 1 ਫੁੱਟ ਪੂਰਾ ਚੌੜਾ ਜਨਾਬ ਲਿਬਾਸ ਹੈ, ਅਤੇ ਬਿਲਕੁਲ ਕੱਚੀ ਸੂਈ ਹੈ। ਅਜੇ ਤੀਕਰ ਕੋਈ 2-3 ਦਿਨ ਹੋ ਚੱਲੇ ਨੇ। ਇਨਸ਼ਾਅੱਲਾ ਤਾਲਾ ਸਾਰੀਆਂ ਚੀਜ਼ਾਂ ਵਿੱਚ ਵਾਧਿਆ, ਬਕਾਇਆ ਥਣਾਂ ਦੀਆਂ ਵੰਡਾਂ ਬੜੀਆਂ ਸੋਹਣੀਆਂ, ਮਾਸ਼ਾਅੱਲਾ ਪੂਰੇ ਫੁੱਟ 'ਤੇ ਇਹਦੀ ਕੱਟੀ ਬਿਠਾਵੇ ਨਾ ਭਾਈਏ, ਚੈੱਕ ਕਰਾਈਏ ਬਕਾਇਆ। ਇਨਸ਼ਾਅੱਲਾ ਤਾਲਾ ਹਰ ਚੀਜ਼ ਵਿੱਚ ਵਾਧਾ ਚੈੱਕ ਕਰਾ ਦਿੰਦੇ ਹਾਂ ਵੀਰਾਂ ਦੋਸਤਾਂ ਨੂੰ। ਅਗਰ ਕਿਸੇ ਮੇਰੇ ਭਰਾ ਦੇ ਸੱਜਣ ਦੇ ਪਸੰਦ ਆਵੇ, ਸਾਡੇ ਨਾਲ ਅਟੈਚ ਹੋ ਕੇ ਇਹਦੀ ਖਰੀਦਦਾਰੀ ਕਰ ਸਕਦੇ ਜੀ। ਬਿਲਕੁਲ ਪੂਰਾ ਫੁੱਟ ਚੌੜਾ ਜੀ ਚੱਡਾ, ਅਤੇ ਬਕਾਇਆ ਇਨਸ਼ਾਅੱਲਾ ਤਾਲਾ ਹਰ ਚੀਜ਼ ਤਸੱਲੀ ਨਾਲ, ਹਾਂ ਮਾਸ਼ਾਅੱਲਾ ਬੜੀ ਲੰਮੀ ਚੌੜੀ ਚੰਗੀ ਸਾਂਭੀ ਹੋਈ ਮਾਲਕਾਂ ਨੇ ਝੋਟੀ। ਅਕਣ ਮਾੜਾ ਛੱਡ ਕੇ ਹੀ ਟੁਰੇ ਆ ਨਾ ਯਾਰ, ਸੋਹਣੇ ਮਾਸ਼ਾਅੱਲਾ ਥਣ ਨੇ, ਦੁੱਧ ਵਾਲੀ ਮੱਝ ਹੈ। ਬਾਕੀ ਸਦਾ ਬਾਦਸ਼ਾਹੀ ਉਸ ਮਾਲਕ ਦੀ ਹੈ। ਬਕਾਇਆ ਮਾਸ਼ਾਅੱਲਾ ਟੁਰਨ ਫਿਰਨ ਵੀ ਮੇਰੇ ਭਰਾ ਚੈੱਕ ਕਰ ਲੈਣ, ਬੜਾ ਨਵਾਬਾਂ ਵਾਲਾ ਟੁਰਨ ਫਿਰਨ ਜੀ। ਬੜਾ ਮਾਸ਼ਾਅੱਲਾ ਕੱਦ ਝੋਟੀ ਦਾ ਜੀ। ਬਕਾਇਆ ਤਸੱਲੀਆਂ ਮੇਰੇ ਭਰਾਵਾਂ ਨੇ ਕਰਨੀਆਂ ਨੇ ਇਨਸ਼ਾਅੱਲਾ ਤਾਲਾ। ਠੀਕ ਲੈ ਚਲੋ, ਚੱਲ ਬਾਹਰ ਨਾ ਕਰਮ। ਮਾਸ਼ਾਅੱਲਾ ਜੀ ਕੱਟੀ ਵੀ ਤੁਹਾਨੂੰ ਭਰਾਵਾਂ ਨੂੰ ਚੈੱਕ ਕਰਾਉਣੇ ਆ, ਇਹ ਥੱਲੇ ਕੱਟੀ ਜੇ ਬੱਗੀ ਮੁੱਛ ਜਨਾਬ ਕੱਟੀ ਦੀ ਵੀ। ਹਾਂਜੀ ਇਹ ਬੱਗੀ ਮੋਛੇ, ਅੱਖਾਂ ਸਫੈਦ, ਬਿਲਕੁਲ ਸੇਮ ਮਾਂ ਤਰ੍ਹਾਂ ਹੀ ਹੈ। ਬਾਕੀ ਹੁਣ ਭਾਈ ਅਕਰਮ ਨਾਲ ਕਰਨੇ ਇਹਦੀ ਕੀ ਇਹਦਾ ਕਹਿਆ ਜੀ, ਹਰ ਚੀਜ਼ ਦੀ ਤਸੱਲੀ ਹੈ। ਹਾਂਜੀ ਹੈ ਭਾਈ ਅਕਰਮ ਜੀ, ਆਓ ਹੈਦਰ, ਝੋਟੀ ਤੁਹਾਡੀ ਵਹਾ ਦਿੱਤੀ ਹੈ।
ਹਾਂਜੀ, ਇਹ ਪਹਿਲੇ ਨੰਬਰ ਤੇ ਭਾਈ ਅਕਰਮ ਕੋਲੇ ਝੋਟੀ, ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਉਹ ਵੀ ਝੋਟੀ ਬੜੀ ਕਮਾਲ ਦੀ, ਉਹ ਵੀ ਚੈੱਕ ਕਰਾ ਦਿੰਦੇ ਆ ਦੋ ਜਾਨਵਰ ਨੇ, ਇਹਦੀ ਫਿਰ ਬਾਅਦ 'ਚ ਰੇਟ ਦੀ ਵੀ ਕਰਨੇ ਆ। ਇਹ ਦੂਸਰੇ ਨੰਬਰ ਤੇ ਝੋਟੀ ਆ ਗਈ ਜੀ, ਸਿਆਹ ਕਾਲੀ। ਇਹ ਮਾਸ਼ਾਅੱਲਾ, ਇਹ ਵੀ ਝੋਟੀ ਬੜੀ ਪਿਆਰੀ ਹੈ, ਦਿਖਾਇਆ ਪਹਿਲਣ ਝੋਟੀ, ਸੋਹਣਾ ਲਿਬਾਸ ਹੈ ਮਾਸ਼ਾਅੱਲਾ। ਇਹਦੇ ਥੱਲੇ ਕੀ ਜਾ ਭਾਈ? ਕੱਟੀ ਖੜੀ ਕਰੇ ਨਾ, ਕੱਟੀ ਜਾਂਦੀ ਇਹ ਕੱਟੀ ਥੱਲੇ ਜੀ, ਸ਼ਾਹ ਕਾਲੀ ਮਾਰੰਗੀ ਹੈ, ਖੜੀ ਕਰਦੇ ਕੋਨੇ। ਮਾਸ਼ਾਅੱਲਾ ਸੋਹਣਾ ਲਿਬਾਸ, ਥਣ ਛਣ ਸੋਹਣੇ, ਬੜੀਆਂ ਸੋਹਣੀਆਂ ਵੰਡਾਂ। ਇਹ ਕੱਟੀ ਜੇ, ਹਾਂਜੀ ਭਾਈ ਅਕਰਮ, ਇਹਦੇ ਤੋਂ ਸ਼ੁਰੂ ਹੋਈਏ। ਹਾਂਜੀ, ਆਪਣਾ ਇਹਨੇ ਬੱਚਾ ਡਿਲੀਵਰ ਕਰਤਾ ਤੇ ਕੀ ਪਹਿਲਾ ਵਾਰ ਹੈ? ਪਹਿਲਾ ਵਾਰ ਹੈ ਭਾਈ। ਅੱਛਾ, ਸਹੀ ਹੋ ਗਿਆ। ਦੋਵੇਂ ਜਾਨਵਰ ਜਨਾਬ ਹਾਥ ਤੇ ਨੇ, ਭਾਈ ਅਕਰਮ ਕੋਲੋਂ ਪੁੱਛਣੇ ਹੁਣ ਇਹਨਾਂ ਦਾ ਰੇਟ ਸ਼ੇਟ ਕੀ ਕਰਦੇ ਨੇ। ਹਲੇ ਫੜੀਆ। ਹਾਂਜੀ ਅਸਲਾਮ, ਹਾਂਜੀ ਅਸਲਾਮ ਵਾਲੇਕੁਮ ਭਾਈ ਅਦਰ, ਕੀ ਹਾਲ? ਵਾਲੇਕੁਮ ਸਲਾਮ ਭਾਈ ਜਾਨ, ਠੀਕ ਠਾਕ? ਕਿਰਾਏ ਸਾਕੇ ਸਾਹਿਬ ਭਾਈ, ਖੈਰੀਅਤ ਹੈ? ਅੱਲਾ ਦਾ ਕਰਮ ਹੈ ਜੀ। ਇਹ ਜਿਹੜੀ ਪਹਿਲੇ ਨੰਬਰ ਦੀ ਝੋਟੀ ਦਿਖਾਈ, ਦੱਸੋ ਪਹਿਲਾ ਵਾਰ ਹੈ? ਹਾਂਜੀ ਪਹਿਲਾ ਵਾਰ ਹੈ ਜੀ। ਥੱਲੇ ਹੇਠ ਕੱਟੀ ਹੈ ਜੀ, ਉਹ ਘਰ ਦੇ ਸਾਹਮਣੇ ਖੜੀ ਕਮਰ ਦੇ ਸਾਹਮਣੇ ਤੁਹਾਡੇ ਸਾਹ। ਅੱਛਾ, ਕਿੰਨੇ ਕੁ ਦਿਨਾਂ ਦੀ ਸੂਈ ਹੈ? ਕੱਲ੍ਹ ਦੀ ਸੂਈ ਹੈ ਜੀ। ਕੱਲ੍ਹ ਦੀ ਸੂਈ? ਹਾਂਜੀ। ਬਾਕੀ ਥਣਾਂ ਵੀ ਸਾਫ਼ ਹੈ? ਕੁਛ ਬਿਲਕੁਲ ਛੱਟਾ ਫੁਆਰਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਿਸੇ ਮਰਦ ਨਹੀਂ ਰੋਲਾ। ਕੀ ਇਹਦੀ ਆਪਣਾ ਡਿਮਾਂਡ ਕੀ ਹੈ? ਡਿਮਾਂਡ ਤੇ ਇਹਦੀ 3-5 ਕਰਨੇ ਆ ਜੀ, ਤੇ ਲਾਸਟ ਤੋਂ ਲਾਸਟ 3 ਕਰ ਦੇਵਾਂਗੇ। 3 ਚ ਦੇ ਦਿਓਗੇ ਫਿਰ? ਹਾਂਜੀ। ਵੇਖਣਾ ਯਾਰ, ਗੱਲ ਇਹ ਵੀ ਜਿਹੜੇ ਭਰਾਵਾਂ ਨੇ ਲੈਣੀ ਹੁੰਦੀ ਇਹਨਾਂ ਨੂੰ ਕਰਾਇਆ ਕਰਾ, ਪੱਕੀ ਉਹਨਾਂ ਨਾਲ ਗੱਲ ਕਰਦੇ ਪਏ ਆ ਆਪਾਂ, ਕੋਈ ਹੁੰਦੀ ਕਿ ਕੋਈ ਬਚੇ ਵੀ 3 ਦੀ ਦਿਓਗੇ? ਹਾਂ, 3 ਦੀ ਪੂਰੀ ਦੀ ਦੇਵਾਂਗੇ। ਅੱਛਾ, ਲਓ ਜੀ ਭਾਈ ਅਦਰ ਕਹਿੰਦਾ ਵੀ 3 ਦੀ ਦਿਆਂਗਾ ਝੋਟੀ, ਚੰਗੀ, ਬਾਕੀ ਮੇਰਾ ਭਰਾਵਾਂ ਨੇ ਤਸੱਲੀ ਕਰ ਲੈਣੀ। ਹੁਣ ਆ ਜਾ ਜਿਹੜੀ ਬੱਗੀ ਮੋਛ ਵਾਲੀ ਵੱਡੀ ਮੱਝ ਹੈ ਭਾਈ, ਇਹ ਕਿਨਵਾ ਇਹ ਦੱਸੋ? ਇਹ ਭਾਈ ਦੂਸਰਾ ਵਾਰਾ ਸੂਈ ਹੋਈ ਹੈ, ਬੜਾ ਮਾਸ਼ਾਅੱਲਾ ਕੱਦ ਦੇ ਜ਼ਬਰਦਸਤ। ਅੱਛਾ, ਆਪਣਾ ਅਦਰ ਭਾਈ ਇਹਦਾ ਕੀ ਆਪਣਾ ਸੂਈ ਕਿੰਨੇ ਦਿਨਾਂ ਦੀ ਇਹ ਵੀ ਦੱਸੋ? ਇਹ ਅੱਜ ਚੌਥਾ ਦਿਨ ਹੈ ਜੀ। ਅੱਛਾ, 20 ਕਿਲੋ 20 ਲੀਟਰ? ਅੱਛਾ, ਲੀਟਰ ਕੋਨ? ਨਹੀਂ ਨਹੀਂ ਬੋਲੋ। 20 ਕਿਲੋ ਦੋਵਾਂ ਟਾਈਮਾਂ ਦਾ ਦੁੱਧ ਹੈ ਜੀ ਇਸ ਟਾਈਮ। 20 ਲੀਟਰ ਹੈਗਾ? ਹਾਂ, 20 ਲੀਟਰ ਕੈਮਰੇ ਵੱਲੇ ਮੂੰਹ ਕਰਕੇ। ਹਾਂ ਜੀ, 20 ਲੀਟਰ ਇਸ ਮੱਝ ਦੇ ਤੇ ਹਾਜ਼ਰ ਮੌਕੇ ਦੁੱਧ ਹੈ ਜੀ। ਅੱਛਾ, ਇਹ ਠਾ ਕੱਟੀ ਚੌਥਾ ਦਿਨ ਹੈ ਸੂਈ ਨੂੰ, ਤੇ ਕਿਸ ਬਿਰਾਦੇ ਹੁੰਦੀ ਕਿ ਕੋਈ ਹੋਵੇ ਤਸੱਲੀ ਕਰ ਤੇ ਦੋ ਟਾਈਮ ਚੋ ਤੇ ਨਾ ਨਾੜ ਨਾ ਮਰੋੜੀ ਨਾ ਛੱਟਾ ਨਾ ਫੁਆਰਾ। ਹਾਂਜੀ, ਅਸੀਂ ਅਸੀਂ ਸ਼ਾਹ ਅਸਰਾਫ ਬਿਲਕੁਲ। ਅੱਛਾ, ਭਾਵੇਂ ਤਸੱਲੀਆਂ ਕਰ ਕਰ ਤੇ ਦੋਹਰੀ ਤ੍ਰੇਹਰੀ ਵਾਰੀ ਚੌਲ ਵਾਰੀ ਚੋਵੇ ਕੋਈ ਐਸਾ ਟੈਨਸ਼ਨ। ਤੁਹਾਡਾ ਕਹਿਣ ਦਾ ਮਕਸਦ ਹੈ ਵੀ 20 ਲੀਟਰ ਤੁਸੀਂ ਜਿਹੜਾ ਨਾ ਬਣਾ ਕੇ ਦੁੱਧ ਦਿਓਗੇ, 2 ਦਿਨ ਚੋਵੇ, 4 ਦਿਨ ਚੋਵੇ ਤਸੱਲੀ ਕਰੇ, ਤੇ ਬਾਕੀ ਅੱਗੇ ਕੋਈ ਦੁੱਧ ਲੈਣ ਵਾਲਾ ਹੋਵੇ ਤੁਸੀਂ ਕਹਿੰਦੇ 24-25 ਲੀਟਰ ਕਰੇਗੀ? ਹਾਂ, ਅਗਰ ਦੁੱਧ ਲਵਣਾ ਭਾਵੇਂ 30 ਲੀਟਰ ਲਈ ਜਾਵੇ ਜੀ। ਅੱਛਾ, ਐਸੀ ਪੇਵੇ ਤੂੰ ਬਗੈਰ ਹਾਜ਼ਰ ਮੌਕੇ ਚੌਥਾ ਦੇ ਸੂਈ ਨੂੰ 20 ਕਿਲੋ ਦੁੱਧ ਦੇ। ਅੱਛਾ, ਲਓ ਜੀ, ਮਾਲਕਾਂ ਦੀ ਗਰੰਟੀ ਵੀ ਹਰ ਚੀਜ਼ ਤੋਂ ਬਿਲਕੁਲ, ਅਜੇ ਤੱਕ ਕੋਈ ਖਾਲ ਪੇਵਾ ਨਹੀਂ, ਤੇ 20 ਲੀਟਰ ਦੁੱਧ ਦੇ ਤੇ ਕੱਟੀ ਥੱਲੇ ਤੇ ਬੜੀ ਨਾਮੀਨੇਟ ਸੰਪਾਲਾਂ ਦੀਆਂ ਮੱਝਾਂ ਚੋਂ ਝੋਟੀ ਹੈ। ਕਿਨਵਾ ਵਾਰਾ ਕਿਨਵਾ ਸੂਈ? ਦੂਸਰਾ ਜੀ, ਦੂਸਰਾ ਪਹਿਲਾਂ ਉਹ ਤੇ 24-25 ਲੀਟਰ ਸਾਡੇ ਕੋਲ ਕਰਦੀ ਰਹੀ ਹੈ, ਵੰਡਾ ਮੁੰਡੇ ਪੈਂਦੇ ਰਹੇ ਆ ਜੀ। ਅੱਛਾ, ਚਲੋ ਜੀ, ਠੀਕ ਹੋ ਗਿਆ। ਤੇ ਇਹਦੀ ਭਾਈ ਅਗਰ ਦੱਸੋ ਕੀ ਡਿਮਾਂਡ ਸ਼ਮਾਂਡ ਹੈ, ਕਿੰਨੇ ਪੈਸੇ ਲੈਣੇ ਨੇ ਆਪਾਂ? ਇਹਦਾ 5 ਲੱਖ ਰੁਪਈਆ ਭਾਈ ਮੰਗਨੇ ਆ ਜੀ। 5 ਲੱਖ ਰੁਪਈਆ ਮੰਗਦੇ? ਹਾਂ ਜੀ, 5 ਲੱਖ ਮੰਗਨੇ ਆ ਜੀ। ਅੱਛਾ, ਤੇ ਕੋਈ ਪਿਆਰ ਮੁਹੱਬਤ ਕਰਕੇ ਕੀ ਇਹਦੇ ਵਿੱਚ ਜਿਹੜਾ ਨਾ ਕੋਈ ਪਿਆਰ ਮੁਹੱਬਤ ਆਪਾਂ ਮਸਲਾ ਹੈ ਨਾ, ਵੀ ਬੜੇ ਤੇਲ ਮਹਿੰਗੇ ਨੇ ਯਾਰ, ਬੰਦੇ ਜਿਹਨੇ ਲੈ ਕੇ ਜਾਣੀ ਹੈ
ਤੇ ਕੀ ਹੋਵੇਗਾ ਕੋ ਮੱਬਦ 4.5 ਲੱਖ ਤੋਂ ਆਪਾਂ ਕੱਟ ਨਹੀਂ ਦੇ 4.5 ਤੋਂ ਕੱਟ ਨਹੀਂ ਦੇ ਹਾਂਜੀ ਲਓ ਜੀ ਠੀਕ ਹੋ ਗਿਆ ਬਾਕੀ ਅੱਲਾ ਪਾਕ ਖੈਰ ਕਰੇ ਜਾਨਵਰ ਫਿਰ ਇੱਕ ਵਾਰੀ ਤਸੱਲੀ ਨਾਲ ਵਹਾ ਦੇ ਕੈਮਰਾਮੈਨ ਸਾਹਿਬ ਮਾਸ਼ਾਅੱਲਾ ਚੋਕੀ ਦੂਸਰਾ ਵਾਰਾ ਡਿਲੀਵਰ ਕਰਨਾ ਹੈ ਅਤੇ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਤਾਲਾ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਅਗਰ ਕਿਸੇ ਮੇਰੇ ਦੋਸਤ ਭਰਾ ਦੇ ਪਸੰਦ ਆਵੇ ਸਾਡੇ ਨਾਲ ਅਟੈਚ ਹੋ ਕੇ ਦੀ ਖਰੀਦਦਾਰੀ ਕਰ ਸਕਦੇ ਜੇ ਭਾਈ ਅਜ਼ਹਰ ਨੇ ਇਹ ਗੱਲ ਕੀਤੀ ਕਿ ਮੈਂ ਜਿਹੜਾ ਨਾ 20 ਲੀਟਰ ਦਾ ਦੁੱਧ ਹਾਜ਼ਰ ਮੌਕੇ ਚੁਆ ਕੇ ਦਿਆਂਗਾ ਇਨਸ਼ਾਅੱਲਾ ਤਾਲਾ ਚੜ ਕੇ ਮਾਰ ਜੋਣੀ ਕਰ ਦੇ